ਜਿਹੜੀ ਮੀਟਿੰਗ ਸੀਗੀ ਉਹ ਵੀ ਪਹਿਲਾਂ ਨਾਲੋਂ ਕੋਈ ਵੱਖਰੀ ਨਹੀਂ ਸੀਗੀ ਪਹਿਲਾਂ ਸਟਾਰਟਿੰਗ ਦੇ ਵਿੱਚ ਇਹੀ ਕਿਹਾ ਕਿ ਸਾਡੀ ਸਿੰਪਥੀ ਹੈ ਤੁਹਾਡੇ ਨਾਲ ਅਤੇ ਸਾਡੇ ਵੱਲੋਂ ਕਲੀਅਰ ਜਵਾਬ ਸੀ ਅਸੀਂ ਸਿੰਪਥੀ ਨਹੀਂ ਦਇਆ ਦੇ ਪਾਤਰ ਨਹੀਂ ਬਣਨਾ ਚਾਹੁੰਦੇ ਸਾਡਾ ਅਧਿਕਾਰ ਹੈ ਸਾਡੇ ਅਧਿਕਾਰਾਂ ਦੀ ਗੱਲ ਕੀਤੀ ਜਾਵੇ ਨਾ ਕਿ ਸਿੰਪਥੀ ਦੀ ਗੱਲ ਕੀਤੀ ਜਾਵੇ ਇੱਕ ਇੱਕ ਮੰਗ ਕਰਕੇ ਗੱਲ ਇਸੇ ਤਰ੍ਹਾਂ ਕੀਤੀ ਹੈ ਜਿਸ ਤਰ੍ਹਾਂ 22 ਮਈ ਨੂੰ ਕੀਤੀ ਸੀਗੀ ਪਰ ਅੱਜ ਉਹਨਾਂ ਨੇ ਇਹ ਗੱਲ ਤੈਅ ਕੀਤੀ ਹੈ ਕਿ 17 ਜੁਲਾਈ ਸਾਨੂੰ ਡੈਡਲਾਈਨ ਦਿੱਤੀ ਹੈ ਅਸੀਂ ਕਿਹਾ ਵੀ ਸਾਨੂੰ ਡੈਡਲਾਈਨ ਦਿੱਤੀ ਜਾਵੇ ਤਾਂ ਕਿ ਅਸੀਂ ਆਪਣੇ ਵਰਕਰ ਨੂੰ ਦੱਸ ਸਕੀਏ ਕਿ ਗੱਲ ਕੀ ਹੈ ਅਤੇ ਕਰਨੀ ਕੀ ਹੈ ਅਤੇ ਅਗਲੇ ਅੰਦੋਲਨ ਦੀ ਤਿਆਰੀ ਕੀ ਹੈ ਅਤੇ ਰੂਪਰੇਖਾ ਕੀ ਹੈ ਅਤੇ ਉਹਨਾਂ ਨੇ 17 ਜੁਲਾਈ ਤੋਂ ਪਹਿਲਾਂ ਇੱਕ ਮੀਟਿੰਗ FM ਦੇ ਨਾਲ ਇੱਕ ਮੀਟਿੰਗ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਔਰ ਇੱਕ ਮੀਟਿੰਗ ਹੈ ਜਿਹੜੀ ਦੁਬਾਰਾ ਉਹਨਾਂ ਨਾਲ ਹੋਣ ਤੋਂ ਬਾਅਦ ਫਿਰ ਦੁਬਾਰਾ ਮਿਨਿਸਟਰ ਨਾਲ ਰਿਵਿਊ ਮੀਟਿੰਗ ਹੋਣ ਤੋਂ ਬਾਅਦ 17 ਜੁਲਾਈ ਤੱਕ ਵੀ ਅਸੀਂ ਫਾਈਨਲ ਕਰ ਦਿਆਂਗੇ ਅਤੇ ਅਸੀਂ ਪੋਜ਼ਿਟਿਵ ਹਾਂ ਮਾਨ ਭੱਤਾ ਵੀ ਵਧਾਉਣਾ ਚਾਹੁੰਦੇ ਹਾਂ ਤੁਹਾਡੇ ਬੱਚੇ ਵੀ ਵਾਪਸ ਕਰ ਦਾਂਗੇ ਪਰ ਅਸੀਂ ਤਾਂ ਉਦੋਂ ਹੀ ਜਾਣੀ ਹੈ ਜਦੋਂ ਹੋ ਜੂਗਾ ਕਿਉਂਕਿ ਇਹ ਗੱਲਾਂ ਬੜੇ ਚਿਰ ਤੋਂ ਸੁਣਦੇ ਆ ਰਹੇ ਹਾਂ ਇਹੀ ਗੱਲਾਂ ਅਸੀਂ ਪਹਿਲਾਂ ਵੀ ਅਕਾਲੀ BJP ਸਰਕਾਰ ਵੱਲੋਂ ਵੀ ਬੜੀਆਂ ਸੁਣੀਆਂ ਅਤੇ ਹੁਣ ਜਦੋਂ ਵੀ ਕਾਂਗਰਸ ਗੌਰਮੈਂਟ ਆਈ ਹੈ ਉਹ ਤੋਂ ਵੀ ਸੁਣ ਰਹੇ ਨੇ ਅਤੇ ਇਸ ਲਈ ਅਧਿਕਾਰੀਆਂ ਦੇ ਅਤੇ ਮੰਤਰੀਆਂ ਦੇ ਭਰੋਸਿਆਂ 'ਤੇ ਭਰੋਸਾ ਕਰਨਾ ਹੀ ਬੜਾ ਮੁਸ਼ਕਿਲ ਹੋ ਗਿਆ ਕਿਤੇ ਭਰੋਸਾ ਕਰੀਏ ਅਤੇ ਕਿਤੇ ਨਾ ਕਰੀਏ ਇਸ ਲਈ ਜਿਹੜਾ ਸਾਡਾ ਵਰਕਰ ਹੈ ਨੀਚੇ ਵਰਕਰ ਅਤੇ ਹੈਲਪਰ ਉਸ ਦੇ ਵਿੱਚ ਸਰਕਾਰਾਂ ਦੇ ਪ੍ਰਤੀ ਬਹੁਤ ਰੋਸ ਹੈ ਗੁੱਸਾ ਹੈ ਔਰ ਅਸੰਤੋਸ਼ ਫੈਲਿਆ ਹੋਇਆ ਕਿ ਕਿਹਦੇ 'ਤੇ ਭਰੋਸਾ ਕਰੀਏ ਜਿਹੜੀ ਇਹ ਲਾਰੇ ਵੋਟਾਂ ਤੋਂ ਪਹਿਲਾਂ ਲਾਉਂਦੇ ਸੀ ਘੱਟੋ ਘੱਟ ਸਰਕਾਰ ਆਉਣ ਤੋਂ ਬਾਅਦ ਤੋਂ ਬੰਦਾ ਕੋਈ ਵਾਅਦੇ ਵਾਲੀ ਕਮਿਟਿਡ ਗੱਲ ਕਰੇ ਉਹਨਾਂ ਦੇ ਵਿੱਚ ਅੱਜ ਵੀ ਉਹੀ ਪੁਰਾਣੀਆਂ ਗੱਲਾਂ ਨੇ ਤਾਂ ਇਸ ਲਈ ਅਸੀਂ ਅੱਜ ਇਸ ਮੀਟਿੰਗ ਤੋਂ ਬਾਅਦ ਜਾ ਕੇ ਆਪਣੀ ਪੂਰੀ ਟੀਮ ਅਸੀਂ ਸੱਦੀ ਹੋਈ ਹੈ ਅਸੀਂ ਆਪਣੀ ਅਗਲੀ ਮੀਟਿੰਗ ਦੇ ਲਈ ਆਪਣੇ ਅਗਲੇ ਇਹਨਾਂ ਆਂਗਨਵਾੜੀ ਵਰਕਰਸ ਜਿਹੜੀਆਂ ਨੇ ਕਾਫੀ ਦੇਰ ਤੋਂ ਸੰਘਰਸ਼ ਕਰ ਰਹੀਆਂ ਨੇ ਔਰ ਅੱਜ ਇਹਨਾਂ ਦੇ ਨਾਲ ਮੇਰੀ ਪਹਿਲੀ ਮੀਟਿੰਗ ਸੀ ਸੋ ਮੇਨ 3 ਜਥੇਬੰਦੀਆਂ ਸੀਗੀਆਂ ਜਿਹੜੀਆਂ ਅੱਜ ਆਈਆਂ ਨੇ ਉਹਨਾਂ ਦੇ ਨਾਲ ਉਹਨਾਂ ਦੇ ਵਰਕਰਸ ਔਰ ਜੋ ਵੀ ਉਹਨਾਂ ਦੇ ਆਫੀਸ਼ੀਅਲੀ ਉਹਨਾਂ ਦੇ ਹੈਗੇ ਨੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੀ ਮੇਨ ਮੰਗ ਇਹੀ ਸੀਗੀ ਕਿ ਉਹਨਾਂ ਦਾ ਜਿਹੜਾ ਸੈਲਰੀ ਹੈ ਜਿਹੜੀ ਉਹ ਬਹੁਤ ਘੱਟ ਹੈ ਔਰ ਉਹਨੂੰ ਵਧਾਇਆ ਜਾਏ ਔਰ ਕਾਫੀ ਦੇਰ ਤੋਂ ਇਹ ਮੁੱਦਾ ਚੱਲ ਰਿਹਾ ਸੀ ਸੋ ਅੱਜ 1-to-1 ਅਸੀਂ ਮੀਟਿੰਗ ਕੀਤੀ ਹੈ ਔਰ ਮੈਨੂੰ ਲੱਗਦਾ ਕਿ ਉਹ ਅਸੀਂ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਆ ਕਿ ਉਹਨਾਂ ਦੀ ਜਿਹੜੀ ਡਿਮਾਂਡ ਨੇ ਕਾਫੀ ਜਾਇਜ਼ ਹੈ ਕਿਉਂਕਿ ਕਾਫੀ ਟਾਈਮ ਸਮੇਂ ਹੋ ਗਿਆ ਔਰ ਉਹਨਾਂ ਦੀ ਸੈਲਰੀ ਜਿਹੜੀ ਹੈ ਉਹ ਹੀ ਹੈ ਜੋ ਅੱਜ ਤੋਂ ਕਾਫੀ ਸਾਲ ਪਹਿਲੇ ਚੱਲ ਰਹੀ ਹੈ ਸੋ ਅੱਜ ਹੋਰ ਵੀ ਉਹਨਾਂ ਦੇ ਮੁੱਦੇ ਸੀਗੇ ਸੋ ਅੱਜ ਅਸੀਂ ਇਹ ਉਹਨਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਜਲਦੀ ਹੀ ਕਿਉਂਕਿ ਉਹਨਾਂ ਦੇ ਜਿਹੜੇ ਮੁੱਦੇ ਨੇ ਉਹ ਜ਼ਿਆਦਾਤਰ ਸੰਬੰਧਿਤ ਫਾਈਨਾਂਸ ਦੇ ਨਾਲ ਨੇ ਸੋ ਫਾਈਨਾਂਸ ਦੇ ਨਾਲ ਅਸੀਂ ਜਲਦੀ ਹੀ ਮੀਟਿੰਗ ਕਰਨ ਜਾ ਰਹੇ ਹਾਂ ਉਹਨਾਂ ਮੁੱਦਿਆਂ ਨੂੰ ਅਸੀਂ ਥ੍ਰੈਸ਼ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਜਿਹੜੀਆਂ ਮੁਸ਼ਕਿਲਾਂ ਨੇ ਉਹਨਾਂ ਨੂੰ ਹੱਲ ਕਰੀਏ ਔਰ ਉਹਦੇ ਬਾਅਦ ਉਹਨਾਂ ਦੀ ਇੱਕ ਹੋਰ ਜਿਹੜੀ ਵੱਡੀ ਪ੍ਰੋਬਲਮ ਹੈ ਉਹ ਐਜੂਕੇਸ਼ਨ ਦੇ ਨਾਲ ਸੰਬੰਧਿਤ ਹੈ ਕਿਉਂਕਿ ਐਜੂਕੇਸ਼ਨ ਨੇ ਔਰ ਸੋਸ਼ਲ ਸਿਕਿਉਰਿਟੀ ਨੇ ਰਲ ਕੇ ਪ੍ਰੀ ਪ੍ਰਾਇਮਰੀ ਸ਼ੁਰੂ ਕੀਤਾ ਸੀ ਸੋ ਉਹਨਾਂ ਨੂੰ ਕੁਛ ਸ਼ਿਕਾਇਤ ਹੈ ਕਿ ਕੁਛ ਬੱਚੇ ਜਿਹੜੇ ਨੇ ਆਂਗਨਵਾੜੀ ਸੈਂਟਰ 'ਚ ਨਹੀਂ ਆ ਰਹੇ ਉਹ ਸਿੱਧੇ ਡਾਇਰੈਕਟ ਸਕੂਲ 'ਚ ਜਾ ਰਹੇ ਨੇ ਉੱਥੇ ਸਿਰਫ ਇੱਕ ਕੋਈ ਪ੍ਰੋਬਲਮ ਐਡੀ ਵੱਡੀ ਨਹੀਂ ਹੈ ਇੰਪਲੀਮੈਂਟੇਸ਼ਨ ਦੀ ਪ੍ਰੋਬਲਮ ਹੈ ਸੋ ਅਸੀਂ ਮੈਂ ਜਲਦੀ ਹੀ ਕਿਉਂਕਿ ਮੈਂ ਆਪ ਵੀ ਪਹਿਲੇ ਐਜੂਕੇਸ਼ਨ 'ਚ ਰਹੀ ਹਾਂ ਅਤੇ ਮੈਂ ਜਲਦੀ ਹੀ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਵੀ ਮੀਟਿੰਗ ਕਰਕੇ ਇਹ ਜਿਹੜਾ ਮਸਲਾ ਆ ਇਹਨਾਂ ਦਾ ਹੱਲ ਕਰਨ ਲਈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅਗਲੀ ਅਸੀਂ ਉਹਨਾਂ ਨੂੰ ਮੀਟਿੰਗ 17 ਜੁਲਾਈ ਦੀ ਅਸੀਂ ਫਿਕਸ ਕਰ ਦਿੱਤੀ ਹੈ ਕਿ ਅਸੀਂ ਉਸ ਦਿਨ ਇਹ ਸਾਰਾ ਕਲੀਅਰ ਹੋ ਜਾਏਗਾ ਕਿ ਕਿਹੜੇ ਕੰਮ ਨੇ ਜਿਹੜੇ ਉਹਨਾਂ ਦੇ ਅਸੀਂ ਕਰਨ ਲੱਗੇ ਹਾਂ ਔਰ ਕਿਹੜੇ ਜਿਹੜੇ ਉਹ ਨਹੀਂ ਹੋ ਸਕਦੇ ਸੋ ਇਹਨਾਂ ਉੱਤੇ ਅਸੀਂ ਵਿਚਾਰ ਕਰਾਂਗੇ ਉਸ ਦਿਨ 17 ਨੂੰ ਇਹਨਾਂ ਨੂੰ ਫਿਰ ਅਸੀਂ ਮੀਟਿੰਗ ਫਿਕਸ ਕੀਤੀ 17 ਜੁਲਾਈ ਨੂੰ ਜਿਹੜੀ ਮੀਟਿੰਗ ਅਸੀਂ ਰੱਖੀ ਹੈ ਉਹ ਅਸੀਂ ਆਂਗਨਵਾੜੀ ਵਰਕਰਸ ਦੇ ਨਾਲ ਰੱਖੀ ਹੈ ਉਹਨਾਂ ਦੇ ਜਥੇਬੰਦੀਆਂ ਦੇ ਨਾਲ ਰੱਖੀ ਹੈ ਔਰ ਬਾਕੀ ਮੀਟਿੰਗ ਜਿਹੜੀਆਂ ਨੇ ਉਹ ਮੰਤਰੀ ਲੈਵਲ 'ਤੇ ਹੋਣਗੀਆਂ